ਗਿੱਦੜਬਾਹਾ ਦੇ ਪਿਓਰੀ ਫਾਟਕ ਤੋਂ ਬਠਿੰਡਾ ਮਲੋਟ ਨੈਸ਼ਨਲ ਹਾਈਵੇ ਨੂੰ ਜਾਂਦੇ ਬਾਈਪਾਸ 'ਤੇ ਸਥਿਤ ਮਾਰਕਫੈੱਡ ਦੇ ਬੰਦ ਪਏ ਪੁਰਾਣੇ ਸਟੋਰਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਨਗਰ ਕੌਂਸਲ ਵੱਲੋਂ ਸਾਂਝੇ ਤੌਰ 'ਤੇ ਸ਼ਹਿਰ ਦੇ ਕੂੜਾ ਕਰਕਟ ਨੂੰ ਖਤਮ ਕਰਨ ਲਈ ਲਾਏ ਜਾ ਰਹੇ ਪ੍ਰੋਜੈਕਟ ਦਾ ਵਿਰੋਧ ਕਰਦਿਆਂ ਸਟੋਰਾਂ ਦੇ ਆਸ ਪਾਸ ਦੀ ਆਬਾਦੀ ਦੇ ਲੋਕਾਂ ਵੱਲੋਂ ਸਟੋਰਾਂ ਅੱਗੇ ਧਰਨਾ ਦਿੱਤਾ ਗਿਆ ਅਤੇ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕੀ ਪ੍ਰਦਰਸ਼ਨ ਕਰ ਰਹੇ ਹੋ, ਕੀ ਕਾਰਨ ਕੀ ਹੈ? ਸਾਡੇ ਬਸਤੀ 'ਚ ਕੂੜਾ ਗਿਰ ਰਹੇ ਤੇ ਸਾਡਾ ਘਰ ਹੈ ਕਿਤੇ ਨੇੜੇ ਤੇ ਅਸੀਂ ਇੱਥੇ ਕੂੜਾ ਨੂੰ ਗਿਰਨ ਨੂੰ ਦੇਣਾ। ਅੱਛਾ, ਇਹਦੇ ਵਾਸਤੇ ਤੁਸੀਂ ਜਾਣੂ ਕਰਾਇਆ ਕਿਸੇ ਨੂੰ, ਉੱਚ ਅਧਿਕਾਰੀਆਂ ਨੂੰ ਜਾਂ ਕਿਸੇ ਨੂੰ? ਦੱਸਿਆ ਸੀ ਇਹਨਾਂ ਨੇ, ਬਰਾੜ ਸਾਹਿਬ ਨੂੰ ਦੱਸਿਆ ਸੀ, ਅਸੀਂ ਧਰਮਸ਼ਾਲਾ 'ਚ ਆਏ ਸੀ ਜਦੋਂ, ਉਦੋਂ ਦੱਸਿਆ ਸੀ ਇਹਨਾਂ ਨੇ। ਬਰਾੜ ਸਾਹਿਬ ਕੌਣ ਹੈ? ਆਪਣੇ ਦਾ ਪੀਏ ਮੇਰਾ ਦਫ਼ਤਰ। ਅੱਛਾ, ਪਹਿਲਾਂ ਵੀ ਤੁਸੀਂ ਲੰਮੇ ਸਮੇਂ ਤੋਂ ਜਿਹੜਾ ਤੁਹਾਡਾ ਇੱਥੇ ਛੱਪੜ ਸੀਗਾ ਜਿਹੜਾ ਬਣਿਆ ਹੋਇਆ, ਉੱਥੇ ਝੂਝਦੇ ਰਹੇ ਹੋ? ਉਹ ਸਾਡੇ ਘਰਾਂ ਦੇ ਨਾਲ ਹੀ ਸੀ, ਜਮਾਂ ਇੱਥੇ ਗੰਦਗੀ, ਬੰਦੇ ਕਿੰਨੇ ਬਿਮਾਰ ਹੋਏ, ਬੰਦੇ ਕਿੰਨੇ ਮਰੇ, ਪਰਲੇ ਪਾਸੇ ਬੰਦੇ ਪੰਜ ਛੇ ਮੁੰਡੇ ਮਰੇ ਜਵਾਨ। ਹੁਣ ਕੀ ਤੁਹਾਡਾ ਜਿਹੜਾ ਅਗਲਾ ਕੀ ਰਹੇਗਾ, ਰਣਨੀਤੀ ਕੀ ਰਹੇਗੀ? ਰਣਨੀਤੀ ਇਹ ਜੀ, ਅਸੀਂ ਇੱਥੋਂ ਕੂੜਾ ਨੂੰ ਸੁੱਟਣ ਦੇਣਾ ਉੱਥੇ। ਅਸੀਂ ਜੋ ਵੀ ਕੁਛ ਕਰਾਂਗੇ ਨਾ, ਅਸੀਂ ਇੱਥੇ ਜਾਮ ਲਾ ਦਿਆਂਗੇ, ਟ੍ਰੈਫਿਕ ਜਾਮ ਕਰ ਦਿਆਂਗੇ ਤੇ ਕੂੜਾ ਨੂੰ ਸੁੱਟਣ ਸਰਕਾਰ ਨਾਲ ਲੜਾਂਗੇ। ਕੀ ਮਾਮਲਾ ਕੀ ਹੈ ਜਿਹੜਾ ਤੁਸੀਂ ਅੱਜ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਇੱਥੇ? ਧਰਨਾ ਪ੍ਰਦਰਸ਼ਨ ਇੱਥੇ ਕੋਈ ਕੂੜਾ ਰੀਸਾਈਕਲ ਕਰਨ ਦਾ ਪ੍ਰੋਜੈਕਟ ਲਾ ਰਹੇ ਹੈ, ਠੀਕ ਹੈ, ਅਸੀਂ ਉਹਦਾ ਅਗੇਂਸਟ ਪ੍ਰੋਟੈਸਟ ਕਰ ਰਹੇ ਹਾਂ। ਕੀ ਕਾਰਨ ਕੀ ਹੈਗਾ ਇਹਦੇ? ਮਤਲਬ ਇੱਥੇ ਰਿਹਾਇਸ਼ੀ ਇਲਾਕੇ 'ਚ ਆ ਚੁੱਕਿਆ ਇਕਦਮ, ਇਹਦਾ ਪਹਿਲਾਂ ਵੀ ਮਾਰਕਫੈੱਡ ਨੂੰ ਐਪਲੀਕੇਸ਼ਨ ਦੇ ਕੇ ਮਾਲ ਮਤਲਬ ਲਾਉਣ ਤੋਂ ਇਹਨਾਂ ਨੂੰ ਰੋਕਿਆ ਗਿਆ ਸੀ, ਹੁਣ ਇੱਥੇ ਦੁਬਾਰੇ ਕੂੜੇ ਕਰਕਟ ਵਾਲਾ ਪ੍ਰੋਜੈਕਟ ਰਿਹਾਇਸ਼ੀ ਇਲਾਕੇ 'ਚ ਹੋਣ ਕਰਕੇ ਇਹਦੀਆਂ ਮਤਲਬ ਬਿਮਾਰੀਆਂ ਤਾਂ ਫੈਲਣ ਦਾ ਡਰ ਹੈ, ਮੱਛਰ ਮੱਖੀ ਪੈਦਾ ਹੋਊਗਾ। ਅਸੀਂ ਇਸ ਪ੍ਰੋਜੈਕਟ ਦਾ ਵਿਰੋਧ ਕਰਦੇ ਹਾਂ ਵੀ ਮਤਲਬ ਇਹਨੂੰ ਇੱਥੇ ਆਬਾਦੀ ਚੋਂ ਚੱਕ ਕੇ ਤੇ ਸ਼ਹਿਰ ਤੋਂ ਬਾਹਰ ਲਾਇਆ ਜਾਵੇ, ਫਿਰ ਅਸੀਂ ਇਹਦਾ ਸਾਥ ਵੀ ਦੇਵਾਂਗੇ ਜੇ ਬਾਹਰ। ਇਹਦੇ ਵਾਸਤੇ ਤੁਸੀਂ ਪਹਿਲਾਂ ਕਿਸੇ ਨੂੰ ਜਾਣੂ ਕਰਵਾਇਆ ਸੀਗਾ ਵੀ ਨਾ ਲਾਇਆ ਜਾਵੇ? ਸਾਨੂੰ ਤਾਂ ਇਹਦਾ ਪਤਾ ਹੀ ਪਰਸੋਂ ਲੱਗਿਆ, ਪਹਿਲਾਂ ਤਾਂ ਇਹ ਸਾਫ਼ ਸਫਾਈ ਕਹਿੰਦੇ ਵੀ ਮਤਲਬ ਸਾਫ਼ ਸਫਾਈ ਕਰਨੀ ਹੈ, ਮਤਲਬ ਪੁਰਾਣਾ ਵੇਅਰ ਹਾਊਸ ਦਾ ਗੋਦਾਮ 'ਤੇ, ਤੇ ਹੁਣ ਸਾਨੂੰ ਕੱਲ੍ਹ ਹੀ ਪਤਾ ਲੱਗਿਆ ਤੁਸੀਂ ਇਹਦੇ ਅਗੇਂਸਟ ਐਪਲੀਕੇਸ਼ਨ ਵੀ ਮਾਰਕ ਕਰਕੇ, ਹੁਣ ਦੋ ਛੁੱਟੀਆਂ, ਉਸ ਤੋਂ ਬਾਅਦ ਐਪਲੀਕੇਸ਼ਨ SDM DC ਸਾਹਿਬ ਸਾਰਿਆਂ ਨੂੰ ਭੇਜ ਰਹੇ ਹਾਂ। ਜੇਕਰ ਇਹ ਫਿਰ ਵੀ ਲਾਉਂਦੇ ਆ ਤਾਂ ਫਿਰ ਕੀ ਤੁਹਾਡਾ ਐਕਸ਼ਨ ਰਹੇਗਾ ਜੀ? ਐਕਸ਼ਨ ਅਸੀਂ ਤਾਂ ਇਹਦੇ ਵਿਰੋਧ 'ਚ ਹੀ ਰੋਡ ਜਾਮ ਕਰਾਂਗੇ ਜੀ, ਰੋਡ ਜਾਮ ਕਰਾਂਗੇ ਨਾਲ ਇਹਨਾਂ ਨੂੰ ਅਸੀਂ ਵੋਟਾਂ ਵੀ ਨਹੀਂ ਪਾਉਣੀਆਂ ਜਿਹੜਾ ਸਹਿਯੋਗ ਦਿੱਤਾ ਸੀ।